ਇਧਰ ਕੜੀ ਆ ਆ ਦੇਖੋ ਤੇ ਇਧਰ ਜਿਹੜੀ ਚਟਨੀ ਹੈ ਨਾ ਮਿਰਚਾਂ ਦੀ ਚਟਨੀ ਤੇ ਨਾਲ ਰਾਜਮਾ ਚੋਲ ਤੇ ਨਾਲ ਖੀਰਾ ਤੇ ਪਿਆਜ਼ ਨਾਕੋ ਦੀ ਲੇਕ ਕਿਆ ਸਾਰਾ ਵਿਊ ਲਾਈਵ ਸਟ੍ਰੀਮ ਮੈਂ ਪਹਿਲੀ ਵਾਰ ਇਦਾਂ ਦਾ ਵਿਊ ਦੇਖ ਰਿਹਾ ਇਧਰ ਸਾਹਮਣੇ ਪਹਾੜ ਵੀ ਕਿੰਨੇ ਸੋਹਣੇ ਆ ਕੱਲ ਰਾਤ ਅਸੀਂ ਇੱਧਰ ਟੈਂਟ ਲਾਏ ਸੀ ਇੱਧਰ ਆਪਣੀ ਚਾਹ ਵੀ ਦੇ ਚੁੱਕੀ ਹੈ ਜੀ ਦੁੱਧ ਪਾਓ ਯਾਰ ਚੀਨੀ ਪਾਓ ਉਹ ਦੇਖੋ ਲੜਾਈ ਚੱਲਣ ਦੀ ਜੀ ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਸਾਰੇ ਪਿਛਲੇ ਵਲੋਗ ਜਿਵੇਂ ਤੁਸੀਂ ਦੇਖਿਆ ਕਿ ਅਸੀਂ ਚਿਟਕੁਲ ਤੋਂ ਨਿਕਲ ਕੇ ਸਿੱਧਾ ਆਪਾਂ ਨਾਕੋ ਪਹੁੰਚੇ ਨਾਕੋ ਆ ਕੇ ਰਾਤ ਨੂੰ ਆਪਾਂ ਇੱਥੇ ਕੈਂਪਿੰਗ ਕੀਤੀ ਅਤੇ ਹੁਣ ਚੱਲੇ ਜੀ ਅਸੀਂ ਨਾਕੋ ਐਕਸਪਲੋਰ ਕਰਨ ਲਈ ਵੈਲਕਮ ਬੈਕ ਟੂ ਚੈਨਲ ਗਾਇਸ ਆਈ ਹੋਪ ਤੁਸੀਂ ਸਾਰੇ ਘੈਂਟ ਹੋ ਅਤੇ ਵਲੋਗ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਅਤੇ ਜੇ ਵਲੋਗ ਵਧੀਆ ਲੱਗ ਰਿਹਾ ਅਤੇ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਚਲੋ ਹੁਣ ਚੱਲਦੇ ਹਾਂ ਫਟਾਫਟ ਹਾਲੇ ਆਪਾਂ ਰੈਡੀ ਸ਼ੈਡੀ ਵੀ ਹੋਣਾ ਵਾ ਨਹਾਉਣਾ ਵਾ ਮੁੰਡੇ ਰੈਡੀ ਨਹੀਂ ਹੋਏ ਹਾਲੇ ਨਾਲੇ ਕਰਨਾ ਨਾਕੋ ਲੇਕ 'ਚ ਨਹਾਵਾਂਗੇ ਉਹ ਠੰਡੇ ਠੰਡੇ ਪਾਣੀ 'ਚ ਚਲੋ ਜੀ ਇਹ ਸ਼ੀਸ਼ਾ ਸਾਡੇ ਪਰਨਾ ਬੰਨਣ ਦੇ ਕੰਮ ਆਇਆ ਚਲੋ ਵੀਰੇ ਲਾਓਗੇ ਇੱਥੇ ਨਾ ਕੁਝ ਯਾਰ ਆ ਹੈਲੀਪੈਡ 'ਤੇ ਆਪਾਂ ਕੈਂਪਿੰਗ ਕੀਤੀ ਸੀ ਰਾਤੀ ਪਹਿਲਾਂ ਆਪਾਂ ਨੂਡਲਸ ਬਣਾਏ ਫਿਰ ਮੈਗੀ ਫਿਰ ਕੌਫੀ ਦਾ ਵੀ ਪਲਾਨ ਸੀ ਫਿਰ ਸਾਨੂੰ ਨੀਂਦ ਆ ਗਈ ਯਾਰ ਸਵੇਰੇ ਉੱਠ ਕੇ ਜਿਹੜੀ ਚਾਹ ਬਣੀ ਹੈ ਨਾ ਅਦਰਕ ਵਾਲੀ ਓਏ ਹੋਏ ਕਿਆ ਹੀ ਬਾਤ ਆ ਉਹ ਤੁਸੀਂ ਪਿਛਲੇ ਵਜੇ ਦੇਖ ਲਿਆ ਹੋਊਗਾ ਬੈਟ ਲਾ ਲਓ ਹੁਣ ਜੀ ਅਸੀਂ ਇੱਥੇ ਫਰੈਸ਼ ਹੋਣ ਵਾਸਤੇ ਅਤੇ ਨਹਾਉਣ ਧੋਣ ਵਾਸਤੇ ਇੱਥੇ ਆਪਾਂ ਹੋਟਲ ਲਿਆ ਵਾ ਦੋ ਰੂਮ ਲਏ ਆ ਨਾਲੇ ਜਿਹੜੀ ਸਾਡੀਆਂ ਪਾਣੀ ਦੀਆਂ ਬੋਤਲਾਂ ਨੇ ਇਹਨਾਂ ਨੂੰ ਭਰ ਲਾਂਗੇ ਜਿਹੜੀ ਕਿ ਕੱਲ੍ਹ ਆਪਾਂ ਕੈਂਪਿੰਗ ਕੀਤੀ ਸੀ ਉਹਦੇ ਵਿੱਚ ਸਾਰੀਆਂ ਯੂਜ਼ ਹੋ ਗਈਆਂ ਅਤੇ ਨਾਲੇ ਫੋਨ ਚਾਰਜ ਹੋ ਜੂਗਾ ਗੱਡੀ ਦੇ ਵਿੱਚ ਵੀ ਇਹ ਹੋ ਜਾਂਦਾ ਵਾ ਪਰ ਚਾਰਜਰ ਦੇ ਨਾਲ ਛੇਤੀ ਚਾਰਜ ਹੋ ਜਾਂਦਾ ਵਾ ਹਾਂਜੀ ਨਾਲਿਆ ਨਾਲਿਆ ਆ ਰਹੀਆਂ ਬੋਤਲਾਂ ਸਾਡੇ ਦੋ ਰੂਮ ਨੇ ਇੱਕ ਉੱਧਰ ਅਤੇ ਇੱਕ ਇੱਧਰ ਅਤੇ ਹੁਣ ਆਇਆ ਜੀ ਮੈਂ ਆਪਣੇ ਹੋਟਲ ਦੇ ਟੈਰਿਸ 'ਤੇ ਅਤੇ ਜਿਹੜੀ ਲੇਕ ਆ ਨਾਕੋ ਦੀ ਭਈਆ ਇਹ ਲੇਕ ਹੈ ਇਹ ਲੇਕ ਹੈ ਨਾਕੋ ਵਾਲੀ ਇਹ ਸਾਹਮਣੀ ਹੈ ਜੀ ਨਾਕੋ ਦੀ ਲੇਕ ਕਿਆ ਸਾਰਾ ਵਿਊ ਫਰੈਸ਼ ਐਪਲ ਜਿਹੜੇ ਆਪਾਂ ਕੱਲ੍ਹ ਹੀ ਤੋੜੇ ਸੀ ਬਾਈ ਜੀ ਲੇਕ ਤਾਂ ਆ ਰਹੀ ਆ ਛੋਟੀ ਜੀ ਆ ਯਾਰ ਤਾਂ ਇਹੀ ਆ ਆ ਛੋਟੀ ਜੀ ਆ ਰਹੇ ਆ ਜਾਓ ਆ ਜਾਓ ਮੇਰੇ ਹਿਸਾਬ ਨਾਲ ਨਾ ਲੇਕ ਤੇ ਜਾਣ ਦਾ ਕੋਈ ਫਾਇਦਾ ਨਹੀਂ ਹਾਂ ਨਹੀਂ ਹੁਣ ਨਹੀਂ ਹੈਗਾ ਹਾਲੇ ਡੁੱਬੀ ਪਈ ਆ ਉਹੀ ਤਾਂ ਉਹ ਦੇਖੋ ਆ ਸਾਹਮਣੇ ਯਾਰ ਲੇਕ ਕੋਈ ਖਾਸ ਨਹੀਂ ਹੈ ਫਿਰ ਆਪਾਂ ਨਿਕਲਦੇ ਹਾਂ ਜਿੱਥੇ ਆਪਾਂ ਗਿਊ ਜਾਣਾ ਨਾ ਹਾਂ ਉਹ ਐਵੇਂ ਦਾ ਤੇ ਤੂੰ ਘੈਂਟ ਜਗ੍ਹਾ ਵਾ ਉੱਥੇ ਚੱਲਦੇ ਆ ਐਵੇਂ ਦੇ ਨਾ ਇਹ ਸਾਰੀ ਜਗ੍ਹਾ ਆਉਣੀ ਹੁਣ ਰਾਤ ਔਰ ਲੇਕ ਦਾ ਚਾਹੀ ਆਪਾਂ ਨੂੰ ਲੇਕ ਕੋਈ ਖਾਸ ਨਹੀਂ ਹੈਗੀ ਇੱਥੇ ਨਹੀਂ ਦੇਖੋ ਯਾਰ ਜਦੋਂ ਅਸੀਂ ਆਏ ਸੀ ਉਦੋਂ ਵਧੀਆ ਲੱਗਦੀ ਸੀ ਹੁਣ ਜਾ ਕੇ ਸਾਨੂੰ ਆਪਣੀ ਥਾਰ ਦੇ ਵਿੱਚ 4x4 ਲਾਉਣ ਦੀ ਲੋੜ ਪਈ ਆ ਕਿਉਂਕਿ ਇਹਦੀਆਂ ਕਲੱਚ ਪਲੇਟਾਂ ਖਰਾਬ ਹੋ ਗਈਆਂ ਨੇ ਹਾਂ ਬਾਂਧੂੰਗਾ ये अच्छा किया आप ले आए साथ में मेरे पास दो तीन है ये सही किया आगे कैसे लेके जाओगे फिर आगे तो डाउन पे ब्रेक मार डाउन पे है ना चलो जी चलो भाई जी ਗੈਪ ਘੱਟ ਕਰੋ ਇੱਕ ਬਸ ਗੈਪ ਬਹੁਤ ਜ਼ਿਆਦਾ
ਥੋੜੀ ਅੱਗੇ ਕਰੋ, ਥੋੜੀ ਅੱਗੇ ਕਰੋ, ਰੱਸੀ ਟਾਈਟ ਕਰ ਲਈ, ਥੋੜੀ ਅੱਗੇ ਕਰੇ, ਥੋੜੀ 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 ਜੀ, ਥੋੜੀ ਥੋੜੀ ਥੋੜੀ, ਬਸ 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 ਬਸ। ਹਾਂ ਚਲੋ ਹੁਣ ਖਿੱਚ ਲਓ, ਖਿੱਚੋ 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 ਖਿੱਚੋ। ਚਲੋ ਜੀ, ਇਹ ਲੱਗਦਾ ਬਾਈ ਹੁਣੀ ਕੱਲ ਦੇ ਫਸੇ ਸੀ, ਵੇਟ ਕਰਦੇ ਸਾਡੀ ਥਾਰ ਦੀ। ਕਬ ਕੇ ਫਸੇ ਹੋ? ਉਧਰ ਐਕਸਯੂਵੀ ਕਢਾਈ ਆ ਤੇ ਇੱਧਰ ਆ ਕੇ ਹੁਣ ਫਸ ਗਈ। ਅੱਗੇ ਗੱਡੀਆਂ ਆ ਗਈਆਂ ਤੇ ਅੱਗੇ ਉਹ ਕੰਸਟਰਕਸ਼ਨ ਵੀ ਚੱਲ ਰਹੀ ਆ। ਉਧਰੋਂ ਵੀ ਸਿੰਗਲ ਗੱਡੀ ਨਿਕਲਣੀ ਆ, ਜਾਂ ਤਾਂ ਇੱਧਰੋਂ ਨਿਕਲੂ ਜਾਂ ਉੱਧਰੋਂ ਆਊ। ਹੁਣ ਆ ਇਨੋਵਾ ਇੱਧਰ ਸੈੱਟ ਹੋਊਗੀ ਤੇ ਇੱਧਰੋਂ ਗੱਡੀਆਂ ਨਿਕਲਣਗੀਆਂ। ਚਲੋ ਆਰਾਮ ਨਾਲ ਜਾਣ ਦੋ। ਦੇਖ ਲਓ ਇੱਥੇ ਬਲੀਨੋ ਵੀ ਲੈ ਕੇ ਆ ਗਏ ਜੀ ਪੁਰਾਣੇ ਮੋਟਰ ਵਾਲੀ। ਪਹਾੜਾਂ ਦੇ ਵਿੱਚ ਆਹੀ ਦਿੱਕਤ ਆਉਂਦੀ ਹੈ ਯਾਰ, ਉੱਤੋਂ ਗੱਡੀ ਖਰਾਬ ਹੋ ਜੇ ਤਾਂ ਹੋਰ ਮੁਸ਼ਕਿਲ। ਉਧਰ ਆਪਣੀ ਸਕੋਰਪੀ ਵੀ ਆ ਗਈ ਆ, ਐਕਸਯੂਵੀ ਵਾਲਿਆਂ ਦੀ ਕਿਸਮਤ ਸੀ ਜਿਹੜੇ ਹੋਟਲ ਆਪਾਂ ਆਏ ਆ, ਜਿਹੜੀ ਪਾਰਕਿੰਗ ਆਪਾਂ ਥਾਰ ਲਾਈ ਸੀ ਉਸੇ ਪਾਰਕਿੰਗ 'ਚ ਇਹਨਾਂ ਦੀ ਐਕਸਯੂਵੀ ਖਰਾਬ ਹੋਈ ਸੀ, ਕਲੱਚ ਪਲੇਟਾਂ ਉੱਡ ਗਈਆਂ ਇਹਨਾਂ ਦੀਆਂ। ਕਿਆ ਹਾਲ ਅੰਕਲ? ਬਸ ਬਿਲਕੁਲ। ਅੰਕਲ ਇਹ ਕਿਆ ਤੋੜ ਰਹੇ ਹੋ? ਇਹ ਟਮਾਟਰ ਜੀ। ਟਮਾਟਰ? ਇਹ ਮਟਰ। ਮਟਰ? ਮਟਰ। ਔਰ ਨੀਚੇ? ਇਹ ਵੀ ਮਟਰ, ਸਾਰੇ ਮਟਰ। ਅੱਛਾ, ਸਾਰੇ ਮਟਰ ਹੈ ਜੀ। ਔਰ ਇਹ ਜੋ ਜੋ ਕਣਕ ਜਿਸਕੋ ਬੋਲਦੇ ਨਾ, ਜੋ ਮਤਲਬ ਹਾਂ ਆਟਾ ਬੰਦਾ ਜਿਸ ਸੇ ਇਸ ਮੇ ਸਾਤੂ ਬਨੇਗਾ। ਅੱਛਾ, ਉਹ ਨੀਚੇ ਸਾਰੇ ਮਟਰ ਤੋੜ ਰਹੇ ਹੈ? ਇਹ ਟਮਾਟਰ। ਓਕੇ ਓਕੇ, ਸਾਰੇ ਮਟਰ। ਸਬਜ਼ੀਆਂ ਸਾਰੀ ਹੋ ਜਾਂਦੀ ਹੈ? ਹਾਂ ਜੀ, ਸਬਜ਼ੀਆਂ ਸਾਰੇ ਹੋ ਜਾਂਦਾ, ਗੋਭੀ ਹੁੰਦਾ ਹੈ, ਟਮਾਟਰ ਹੁੰਦਾ ਹੈ। ਅੱਛਾ, ਹੋਰ ਕਿਆ ਚਾਹੀਏ? ਨਹੀਂ ਨਹੀਂ, ਬੜੀ ਸਹੀ ਹੈ, ਇਸ ਸੇ ਬੜਿਆ ਮਟਰ ਤੋਂ ਹੈ। ਆਲੂ ਬੈਂਗਣ ਦੀ ਸਬਜ਼ੀ ਤੇ ਇੱਧਰ ਕੜੀ ਆ, ਦੇਖੋ ਤੇ ਇੱਧਰ ਜਿਹੜੀ ਚਟਨੀ ਆ ਨਾ, ਮਿਰਚਾਂ ਦੀ ਚਟਨੀ ਤੇ ਨਾਲ ਰਾਜਮਾਂਹ ਚੌਲ ਤੇ ਨਾਲ ਖੀਰਾ ਤੇ ਪਿਆਜ਼, ਚਟਨੀ ਦਾ ਬਹੁਤ ਜ਼ਿਆਦਾ ਤਿੱਖੀ ਆ ਆਵਲੀ। ਚਲੋ ਹੁਣ ਖਾਂਦੇ ਹਾਂ ਤੇ ਫਿਰ ਮਿਲਦੇ ਹਾਂ। ਯਾਰ ਰੋਟੀ ਬੜੀ ਸਵਾਦ, ਰਾਜਮਾਂਹ ਤੇ ਕੜੀ ਆ ਨਾ, ਮਜ਼ੇਦਾਰ, ਮਜ਼ਾ ਆ ਗਿਆ ਰੋਟੀ ਖਾ ਕੇ ਯਾਰ। ਖਾਣਾ ਬਹੁਤ ਅੱਛਾ ਥਾ। ਠੀਕ ਹੈ, ਠੀਕ ਹੈ, ਬਹੁਤ ਅੱਛਾ ਥਾ। ਸਾਡੇ ਬੰਦੇ ਕਹਿ ਰਹੇ ਬਸ ਕੜੀ ਦੇ ਪਕੌੜੇ ਨਹੀਂ ਹੈਗੇ, ਬਾਕੀ ਰੋਟੀ ਇਕਦਮ ਵਧੀਆ, ਬੇਸਣ ਬੇਸਣ ਵੀ ਨਹੀਂ ਹੈਗਾ, ਪਰ ਉਹ ਲਿਟਰਲੀ ਰੋਟੀ ਬਹੁਤ ਸਵਾਦ, ਬਹੁਤ ਸਵਾਦ। ਪਕੌੜੇ ਨੀ ਥੇ, ਮਜ਼ਾਕ ਕਰ ਰਹੇ। ਜੇ ਤੁਸੀਂ ਨਾਕੋ ਆ ਰਹੇ ਹੋ ਤਾਂ ਇਸ ਢਾਬੇ ਤੋਂ ਲੰਚ ਬ੍ਰੇਕਫਾਸਟ ਕਰ ਸਕਦੇ, ਕਾਂਗੜੀ ਢਾਬਾ। ਰੋਟੀ ਬਹੁਤ ਹੀ ਸਵਾਦ ਹੈ ਇੱਥੇ ਦੀ। ਇੱਧਰ ਭਰ ਰਹੇ ਜੀ ਆਪਾਂ ਪੀਣ ਵਾਲਾ ਪਾਣੀ ਦੋਵੇਂ ਬੋਤਲਾਂ 'ਚ, ਅਤੇ ਉੱਧਰ ਜਿਹੜਾ ਆਪਣਾ ਬੈਕਅਪ ਡੀਜ਼ਲ ਸੀ ਉਹ ਜਾਊਗਾ ਹੁਣ ਸਕੋਰਪੀਓ 'ਚ, ਕਿਉਂਕਿ ਬਾਈ ਹੁਣਾਂ ਦੀ ਗੱਡੀ ਦੇ ਵਿੱਚ ਤੇਲ ਘੱਟ ਆ। ਆਪਣੀ ਥਾਰ 'ਚ ਤਾਂ ਫੁੱਲ ਆ, ਉਹ ਚੱਲ ਜੂਗੀ 400-500 ਕਿਲੋਮੀਟਰ। ਇਹ ਬੋਤਲਾਂ ਖਰਾਬ ਕਰੋ, ਉਹ ਪਾਣੀ ਵਾਲੀ ਬੋਤਲ ਨਾ, ਪਾਣੀ ਉੱਥੇ ਪੀਓ
ਇਹਨੂੰ ਕੱਟ ਕੇ ਤੇ ਫਿਰ ਆਪਾਂ ਕਰੀਏ ਓਏ ਪਈਆਂ ਹੋਵੇ ਆ ਕੱਟ ਲੈਨੇ ਆਪਾਂ ਸਹੀ ਹੈ ਗ੍ਰੇਨ ਫੜ ਕੇ देख लो ताड़ ली भराई कहने सानू तो लोड ही नहीं पई ये जो पेट्रोल मिलता ही सानू अ फुल करा लेने निकल चुके जी पहला आना सुमड़ो फिर मलिंग फिर ग्यू ਹੁਣ ਸਿੱਧਾ ਇਹ ਗੱਡੀ ਕਿਉਂ ਰੁਕੂਗੀ ਉੱਥੇ ਇੱਕ ਮੰਮੀ ਆ ਅਤੇ ਉਹ ਜਾ ਕੇ ਦੇਖਦੇ ਹਾਂ ਬਾਕੀ ਰਸਤਾ ਦੇਖੋ ਯਾਰ ਰਸਤਾ ਹੁਣ ਥੋੜ੍ਹਾ ਥ੍ਰਿਲਿੰਗ ਐਡਵੈਂਚਰਸ ਪਹਿਲਾਂ ਮਿਲਿੰਗ ਹੋਣਾ ਫਿਰ ਸੁਮੜੋ ਪਹਿਲਾਂ ਮਲਿੰਗ ਹੋਣਾ ਨਾ ਮਲਿੰਗ ਹੋਣਾ 3 ਕਿਲੋਮੀਟਰ ਓਕੇ ਓਕੇ ਪਹਿਲਾਂ ਆਉਣਾ ਜੀ ਮਲਿੰਗ ਫਿਰ ਸੁਮੜੋ ਫਿਰ ਗਿਊ ਰਸਤਾ ਬੜਾ ਘੈਂਟ ਯਾਰ ਇਸਦਾ ਹਾਲੇ ਤਾਂ ਇਹ ਰਸਤਾ ਸਾਰਾ ਬਣਾ ਦਿੱਤਾ ਹੋਇਆ ਵਾ ਬੋਰਡਰ ਕ੍ਰੋਸਿੰਗ ਆ ਗਈ ਜੀ ਕੌਣ ਮਾਰੀ ਹੈ ਜੀ ਗੱਡੀ ਧੌਣ ਦੀ ਸ਼ੀਸ਼ੇ ਬੰਦ ਕੀਤੇ ਆ ਬੰਦ ਆ ਨਾ ਬਸ ਬਾਰੀਆ ਬੰਦ ਕਰ ਇਹੀ ਚੀਜ਼ ਆਪਾਂ ਬੜੇ ਦੇਰ ਦੀ ਲੱਭ ਰਹੀ ਹਾਂ ਪਰ ਇਹ ਸਕੋਰਪੀਓ ਪਿੱਛੇ ਨਹੀਂ ਜਾ ਰਹੀ ਜਾਣ ਦੋ ਸਿੱਟਾਂ ਬਹੁਤ ਪੈਂਦੀਆਂ ਜੀ ਇੱਧਰ ਓਏ ਹੋਏ ਮਜ਼ਾ ਆ ਗਿਆ ਯਾਰ ਇੱਥੇ ਹੁਣ ਜਾ ਕੇ ਐਡਵੈਂਚਰ ਹੋਇਆ ਜੀ ਹੁਣ ਬਾਈ ਹੁਣੀ ਫਿਰ ਤੋਂ ਕੋਸ਼ਿਸ਼ ਕਰਨ ਲੱਗੇ ਆ ਹੁਣ ਫਰੰਟ ਸਾਈਡ ਤੋਂ ਲੈ ਕੇ ਜਾਣਗੇ
ਤੇ ਹੁਣ ਇੱਥੇ ਆਪਣੀਆਂ ਗੱਡੀਆਂ ਧੋ ਕੇ ਤੇ ਹੁਣ ਅਸੀਂ ਚੱਲੇ ਆ ਜੀ ਗਿਊ ਵੱਲ ਨੂੰ। ਬਾਕੀ ਇੱਥੇ ਕਾਫੀ ਐਡਵੈਂਚਰ ਹੋ ਗਿਆ, ਆਪਣੀ ਥਾਰ ਤਾਂ ਪੂਰੀ ਧੁੱਪ ਗਈ ਆ, ਅੱਗਿਓਂ ਵੀ ਤੇ ਪਿੱਛੋਂ ਵੀ ਗੰਦੀ ਫੇਰ ਹੋ ਗਈ, ਗੰਦੀ ਤਾਂ ਹੋਈ ਜਾਣੀ ਆ ਯਾਰ, ਅੰਦਰ ਤੱਕ ਬਣੀ ਆ ਗਿਆ ਸੀ। ਰਸਤਾ ਥੋੜ੍ਹਾ ਜਿਹਾ ਖਤਰਨਾਕ ਆ ਜੀ, ਇੱਧਰ ਸੜਕ ਨਹੀਂ ਹੈਗੀ, ਹੈਗੀ ਆ ਪਰ ਟੁੱਟੀ ਆ ਸਾਰੀ। ਇੱਧਰ ਦੇਖਿਓ, ਇੱਧਰ ਹਾਲੇ ਕੰਸਟਰਕਸ਼ਨ ਚੱਲ ਰਹੀ ਆ, ਉਹ ਦੇਖਿਓ। ਇਹ ਸੜਕ ਹਾਲੇ ਬਣ ਰਹੀ ਆ, ਹੋਰ ਇੱਕ ਦੋ ਸਾਲਾਂ ਨੂੰ ਇੱਥੇ ਵੀ ਸੜਕ ਬਣ ਜਾਣੀ ਪ੍ਰੋਪਰ। ਪਰ ਆਹ ਮਜ਼ਾ ਆ ਰਿਹਾ ਡਰਾਈਵ ਕਰਦਾ ਇੱਥੇ, ਅਤੇ ਲਾਗੇ ਬੰਨੇ ਵਿਊ ਦੇਖ ਲਓ ਯਾਰ ਕਿੰਨਾ ਸੋਹਣਾ ਵਾ, ਸਾਰੇ ਪੈਸੇ ਵਿਊ ਦੇ ਆ। ਲਾਈਫ ਇਜ਼ ਪ੍ਰੀਸੀਅਸ, ਬਿਲਕੁਲ ਸਹੀ ਗੱਲ ਆ, ਜੀਵਨ ਅਨਮੋਲ ਹੈ, ਸੋ ਆਰਾਮ ਨਾਲ ਚੱਲੋ। ਜੇ ਕਿੱਥੇ ਲੈਂਡਸਲਾਈਡ ਹੁੰਦੀ ਰਹਿੰਦੀ ਆ, ਦੇਖਿਓ ਕੁਛ ਪਤਾ ਨਹੀਂ ਕਦੋਂ ਹੋ ਜਾਵੇ, ਮੌਨਸੂਨ 'ਚ ਜਾਂ ਜਿੱਦਾਂ ਵੀ ਜਿਹੜੇ ਮਰਜ਼ੀ ਮਹੀਨੇ, ਪਹਾੜ ਹੋਵੇ ਨਾ ਪੱਥਰਾਂ ਦੇ, ਇੱਥੇ ਨਾ ਪੂਰੇ ਸਾਲ ਹੀ ਲੈਂਡਸਲਾਈਡ ਹੁੰਦੀ ਰਹਿੰਦੀ ਆ। ਦੇਖਿਓ ਯਾਰ ਸਾਹਮਣੇ ਦੋ ਜਣੇ ਗੱਡੀਆਂ ਲਾ ਕੇ ਬੈਠੇ ਯਾਰ, 15 ਮਿੰਟ ਹੋ ਗਏ ਆ, ਨਾ ਉਹ ਬੈਕ ਕਰ ਰਿਹਾ ਵਾ, ਨਾ ਹੀ ਆ ਟਰੈਵਲਰ ਵਾਲਾ, ਅਤੇ ਪਿੱਛੇ ਉਹ ਪਹਾੜ ਆਪਾਂ ਲੰਘ ਰਹੇ ਹਾਂ ਜੀ। ਹੁਣ ਅਸੀਂ ਇੱਥੇ ਰੁਕੇ ਹਾਂ ਜੀ ਰਸਤੇ ਦੇ ਵਿੱਚ, ਜਿਹੜੇ ਸਾਡੇ ਨਾਲ ਬਾਈ ਨੇ ਸਕੋਰਪੀਓ ਵਾਲੇ, ਉਹਨਾਂ ਦੀ ਵੇਟ ਕਰ ਰਹੇ ਹਾਂ। ਰਸਤਾ ਬੜਾ ਹੀ ਜ਼ਿਆਦਾ ਥ੍ਰਿਲਿੰਗ ਜੇ, ਫੁੱਲ ਐਡਵੈਂਚਰ ਹੋ ਰਿਹਾ ਯਾਰ, ਬੜਾ ਖਰਾਬ ਰਸਤਾ ਹੈ ਯਾਰ, ਆਹ ਦੇਖ ਲਓ। ਪਤਾ ਨਹੀਂ ਕਿੱਥੇ ਰਹਿ ਗਏ ਯਾਰ ਸਾਡੇ ਨਾਲ ਹੀ, ਆਹ ਪਤਾ ਨਹੀਂ ਹੁਣ ਕਿਹੜੀ ਨਦੀ ਆ, ਨਾ ਹੀ ਇੱਥੇ ਨੈਟਵਰਕ ਆ, ਅਤੇ ਬਾਈ ਸਾਡੇ ਵੀ ਜਿਹੜੇ ਨਾਲ ਆ ਰਹੇ ਉਹ ਪਿੱਛੇ ਰਹਿ ਗਏ ਨੇ। ਕਿੱਥੇ ਰਹਿ ਗਏ ਸੀ, ਕਿੱਥੇ ਰਹਿ ਗਏ ਸੀ, ਪਿੱਛੇ ਰਹਿ ਗਏ ਹਾਂ, ਨੰਬਰ ਦੇ ਦਿਓ ਫੋਨ, ਮੈਂ ਵੀ ਰਸਤੇ ਲਏ ਪਕੌੜੇ, ਅਸੀਂ ਤੁਹਾਨੂੰ ਡੀਕੇ ਨਹੀਂ ਗਿਆ, ਪਤਾ ਨਹੀਂ ਕਿੱਥੇ ਰਹਿ ਗਏ ਯਾਰ, ਨਹੀਂ ਫਿਰ ਆਰਮੀ ਵਾਲੇ ਟਰੱਕ ਆ ਗਏ ਨਾ 10-12 ਉੱਤੇ ਖੜੇ। ਓਕੇ ਓਕੇ ਚਲੋ ਆਇਓ, ਵੀ ਪਾਣੀ ਦੀ ਬੋਤਲ ਹੋਈ ਛੋਟੀ, ਚਲੋ ਸੋ ਆਪਾਂ ਐਂਟਰ ਹੋ ਚੁੱਕੇ ਹਾਂ ਜੀ ਗਿਊ ਗ੍ਰਾਮ ਪੰਚਾਇਤ, ਇੱਥੇ ਸਾਨੂੰ ਐਂਟਰੀ ਕਰਾਉਣੀ ਪੈਣੀ ਆ। ਬਾਈ ਜੀ ਉਤਰ ਕੇ ਜਾਓ, ਪਾਣੀ ਦੇ ਦਿਓ, ਪਾਣੀ ਦੇ ਦਿਓ, ਕਰਦਾ ਕਰਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ।